ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਤੁਹਾਡੀ ਆਵਾਜ਼, ਤੁਹਾਡਾ ਆਪਣਾ ਨਿਊਜ਼ ਲਾਈਨ। ਇਸ ਵੀਡੀਓ ਨੂੰ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮਸ਼ਹੂਰ ਪੰਜਾਬੀ ਸਿੰਗਰ ਸਿੱਧੂ ਮੂਸੇਵਾਲਾ ਅਕਸਰ ਵਿਵਾਦਾਂ ਵਿੱਚ ਆਇਆ ਰਹਿੰਦਾ ਹੈ। ਹੁਣ ਫਿਰ ਇੱਕ ਵਾਰ ਮਾਈ ਭਾਗੋ ਵਾਲਾ ਵਿਵਾਦਿਤ ਗੀਤ ਗਾਉਣ ਕਰਕੇ ਮੂਸੇਵਾਲਾ ਵਿਵਾਦਾਂ ਵਿੱਚ ਘਿਰਦਾ ਦਿਖਾਈ ਦੇ ਰਿਹਾ ਹੈ। ਦਰਅਸਲ ਇਸ ਗੀਤ ਬਾਰੇ ਪਹਿਲਾਂ ਮਾਫ਼ੀ ਮੰਗਣ ਤੋਂ ਬਾਅਦ ਹੁਣ ਫਿਰ ਮੂਸੇਵਾਲੇ ਵੱਲੋਂ ਆਪਣੇ ਆਸਟ੍ਰੇਲੀਆ ਦੇ ਐਡੀਲੈਂਡ ਸ਼ੋਅ ਦੌਰਾਨ ਇਹ ਗੀਤ ਗਾਇਆ ਗਿਆ ਸੀ। ਜਿਸ ਤੋਂ ਬਾਅਦ ਹੁਣ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਵੱਲੋਂ ਮੂਸੇਵਾਲੇ ਤੇ ਤੁਰੰਤ ਕਾਰਵਾਈ ਕਰਨ ਦੇ ਆਦੇਸ਼ ਜਾਰੀ ਕਰ ਦਿੱਤੇ ਹਨ। ਉਹਨਾਂ ਨੇ ਜਾਰੀ ਪ੍ਰੈਸ ਨੋਟ ਵਿੱਚ ਲਿਖਿਆ ਕਿ ਗਾਇਕ ਸਿੱਧੂ ਮੂਸੇਵਾਲਾ, ਜਿਸ ਨੇ ਗਾਣੇ ਵਿੱਚ ਸਤਿਕਾਰਯੋਗ ਮਾਤਾ ਭਾਗ ਕੌਰ ਜੀ ਦੇ ਨਾਮ ਦੀ ਦੁਰਵਰਤੋਂ ਕੀਤੀ ਸੀ, ਜਿਸ ਪਰ ਪਰਚਾ ਦਰਜ ਕਰਾਉਣ ਲਈ ਪਹਿਲਾਂ ਵੀ ਸ਼੍ਰੋਮਣੀ ਕਮੇਟੀ ਰਾਹੀਂ ਕਾਰਵਾਈ ਚੱਲ ਰਹੀ ਹੈ, ਪਰ ਅਜੇ ਕਾਰਵਾਈ ਮੁਕੰਮਲ ਨਹੀਂ ਹੋ ਸਕੀ। ਹੁਣ ਸਿੱਧੂ ਮੂਸੇਵਾਲਾ ਨੇ ਫਿਰ ਦੁਬਾਰਾ ਵਿਦੇਸ਼ ਵਿੱਚ ਉਹੀ ਗਾਣਾ ਦੁਬਾਰਾ ਬੋਲਿਆ, ਜਿਸ ਨਾਲ ਸਿੱਖ ਸੰਗਤਾਂ ਦੇ ਹਿਰਦੇ ਨੂੰ ਗਹਿਰੀ ਠੇਸ ਪਹੁੰਚੀ ਹੈ। ਸਿੰਘ ਸਾਹਿਬ ਜੀ ਨੇ ਸ਼੍ਰੋਮਣੀ ਕਮੇਟੀ ਨੂੰ ਆਦੇਸ਼ ਕੀਤਾ ਹੈ ਕਿ ਤੁਰੰਤ ਸਖ਼ਤ ਕਾਰਵਾਈ ਕੀਤੀ ਜਾਵੇ। ਇਸ ਸਾਰੇ ਮਾਮਲੇ ਬਾਰੇ ਮੂਸੇਵਾਲੇ ਨੇ ਦੱਸਿਆ ਕਿ ਉਹ ਗੀਤ ਉਸਨੇ ਆਪ ਨਹੀਂ ਗਾਇਆ ਬਲਕਿ ਡੀਜੇ ਵਾਲੇ ਨੇ ਲਾਇਆ ਸੀ। ਜਦੋਂ ਉਸਨੂੰ ਪਤਾ ਲੱਗਿਆ ਕਿ ਇਹ ਗੀਤ ਮਾਈ ਭਾਗੋ ਜੀ ਦੇ ਨਾਮ ਵਾਲਾ ਗੀਤ ਹੈ ਤਾਂ ਉਸਨੇ ਇਹ ਗੀਤ ਉਸੇ ਸਮੇਂ ਹੀ ਬੰਦ ਕਰਵਾ ਦਿੱਤਾ ਸੀ। ਕੱਲ੍ਹ ਸੀਗਾ ਸ਼ੋਅ, ਜਿਹੜਾ ਸੀਗਾ ਕਲੱਬ ਸ਼ੋਅ ਸੀ, ਮੇਰਾ ਪਹਿਲਾ ਸ਼ੋਅ ਸੀ, ਹੈ ਨਾ, ਅਤੇ ਮੈਨੂੰ ਇਹ ਵੀ ਨਹੀਂ ਪਤਾ ਵੀ ਗਾਣੇ ਕਿਹੜੇ, ਹੈ ਨਾ, ਨਾ ਹੀ ਆਪਾਂ ਨੂੰ ਇਹ ਪਤਾ ਵੀ ਇਹ ਪੁਰਾਣੇ ਵਾਲਾ ਗਾਣਾ ਚਲਾ ਰਿਹਾ ਜਾਂ ਨਵੇਂ ਵਾਲਾ ਗਾਣਾ ਚਲਾ ਰਿਹਾ, ਅੜਬ ਮੁਟਿਆਰ ਵਾਲਾ, ਠੀਕ ਹੈ ਨਾ ਜੀ। ਉਹਦੇ 'ਤੇ ਡੀਜੇ 'ਤੇ ਗਾਣਾ ਚੱਲ ਪਿਆ, ਹੁਣ ਉਹਦੇ 'ਚ ਉਹ ਲੈਣ ਆ ਗਈ, ਮੈਂ ਤਾਂ ਨਹੀਂ ਗਾਇਆ ਹੈਗਾ ਬਾਈ, ਉਹ ਤੋਂ ਬਾਅਦ ਰਾਈਟ ਵੇ ਗਾਣਾ ਬੰਦ ਕਰਤਾ ਨਾ। ਇਸ ਦੇ ਦੂਸਰੇ ਪਾਸੇ ਜੇਕਰ ਉੱਥੇ ਜਾ ਸ਼ੋਅ ਦੀ ਵੀਡੀਓ ਦੇਖੀਏ ਤਾਂ ਮੂਸੇਵਾਲਾ ਉਹ ਗੀਤ ਨੂੰ ਉਸੇ ਤਰ੍ਹਾਂ ਹੀ ਗਾ ਰਿਹਾ ਹੈ, ਉਹ ਵੀ ਰਿਪੀਟ 'ਤੇ। ਇਸ ਮਾਮਲੇ ਵਿੱਚ ਤੁਹਾਡਾ ਕੀ ਕਹਿਣਾ ਹੈ ਕਿ ਆਖਿਰਕਾਰ ਤੁਹਾਨੂੰ ਕੀ ਸੱਚ ਲੱਗਦਾ ਹੈ? ਆਪਣੇ ਕਮੈਂਟਸ ਕਰ ਜ਼ਰੂਰ ਦੱਸਣਾ। ਇਸ ਦੇ ਨਾਲ ਇਸ ਤਰ੍ਹਾਂ ਦੀਆਂ ਹਰ ਨਵੀਆਂ ਅਪਡੇਟਸ ਨੂੰ ਸਭ ਤੋਂ ਪਹਿਲਾਂ ਦੇਖਣ ਲਈ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਘੰਟੀ ਵਾਲੇ ਬਟਨ ਨੂੰ ਦਬਾਉਣਾ ਨਾ ਭੁੱਲਣਾ। ਤੁਹਾਡਾ ਦਿਨ ਸ਼ੁਭ ਰਹੇ, ਧੰਨਵਾਦ।